ਪੰਜਾਬੀ ਗਮਨਾਮ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਉਸ ਪਰਮਜੀਤ ਸਿੰਘ ਪਗਰਾ। ਸਭ ਤੋਂ ਪਹਿਲਾਂ ਨਿਗਾ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ। ਆਉਣ ਵਾਲੇ ਦਿਨਾਂ 'ਚ ਹੋਰ ਵੀ ਬਦਤਰ ਹੋ ਸਕਦਾ ਹੈ ਕੋਰੋਨਾ। ਸੂਬਾ ਸਰਕਾਰ ਨੇ ਖਿੱਚੀ ਤਿਆਰੀ, ਸਕੂਲਾਂ ਨੂੰ ਕਰੋ 1 ਸਾਲ ਲਈ ਬੰਦ। ਸੁਣੋ ਕੈਪਟਨ ਦਾ ਜਵਾਬ। ਪੰਜਾਬ ਦੇ ਪਿੰਡਾਂ 'ਚ ਸੰਨ ਲਾਏਗੀ ਬੀਜੇਪੀ। ਕਿਸਾਨਾਂ ਨੂੰ ਭਰਵਾਉਣ ਲਈ ਨਵੀਂ ਸਕੀਮ। ਸੁਖਬੀਰ ਬਾਦਲ ਦੀ ਰਣਨੀਤੀ ਫੇਲ, ਹੁਣ ਅਕਾਲੀ ਸੁਣਨਗੇ ਆਤਮਾ ਦੀ ਆਵਾਜ਼। ਭਾਰਤ ਨੇ ਸਿਹਤ ਤੇ ਤਕਨੀਕੀ ਆਧਾਰ ਤੇ ਠੁਕਰਾਈ ਪਾਕਿਸਤਾਨ। ਕਰਤਾਰਪੁਰ ਲਾਂਘਾ ਖੋਲਣ ਦੀ ਪੇਸ਼ਕਸ਼। ਕਲਾਕਾਰਾਂ ਵਾਸਤੇ 2 ਵਕਤ ਦੀ ਰੋਟੀ ਕਮਾਣੀ ਹੋਈ ਮੁਸ਼ਕਲ। ਹੁਣ ਖਬਰਾਂ ਵਿਸਤਾਰ ਦੇ ਨਾਲ। ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਨੇ ਵੀ ਦਿਨੋ ਦਿਨ ਵੱਧ ਰਹੇ ਕੋਰੋਨਾ ਕੇਸ ਜੋ ਪਰੇਸ਼ਾਨੀ ਦਾ ਕਾਰਨ ਬਣਦੇ ਜਾ ਰਹੇ ਨੇ, ਇਸ ਵਾਸਤੇ ਸਰਕਾਰ ਨੇ ਇੱਕ ਵੱਡਾ ਫੈਸਲਾ ਲਿੱਤਾ ਹੈ। ਕੋਵਿਡ ਟੈਸਟਾਂ ਦੀ ਮਾਤਰਾ ਨੂੰ ਵਧਾਉਣ ਦਾ ਵੱਡਾ ਫੈਸਲਾ ਸਰਕਾਰ ਵੱਲੋਂ ਲਿੱਤਾ ਗਿਆ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਟੈਸਟ ਜੋ ਕੀਤੇ ਜਾਣਗੇ ਤੇ ਜਿਸ ਨਾਲ ਬਿਮਾਰੀ ਨੂੰ ਛੇਤੀ ਤੋਂ ਛੇਤੀ ਫੜਿਆ ਜਾ ਸਕੇ। ਟੈਸਟਿੰਗ ਦਾ ਰੇਟ ਵਧਾਉਣ ਵਾਸਤੇ ਸਰਕਾਰ ਨੇ ਕੁਝ ਨਿੱਜੀ ਹਸਪਤਾਲਾਂ ਨੂੰ ਟੈਸਟ ਕਰਨ ਦੀ ਇਜਾਜ਼ਤ ਦਿੱਤੀ ਹੈ ਤੇ ਉੱਥੇ ਹੀ ਹੁਣ ਸਰਕਾਰ 1200 ਹੋਰ ਡਾਕਟਰਾਂ ਨੂੰ ਕੋਰੋਨਾ ਟੈਸਟਿੰਗ ਵਾਸਤੇ ਟ੍ਰੇਨਿੰਗ ਦੇਣ ਜਾ ਰਹੀ ਹੈ ਤੇ ਇਹ ਸਿਹਤ ਵਿਭਾਗ ਦੇ ਮੌਜੂਦਾ ਡਾਕਟਰਾਂ ਤੋਂ ਅਲੱਗ ਨੇ ਤੇ ਵਿਭਾਗ ਟੈਸਟਿੰਗ ਨੂੰ ਇਸ ਲਈ ਵਧਾਉਣਾ ਚਾਹੁੰਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਰੋਨਾ ਕੇਸਾਂ ਦੇ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਦੇ ਤਰਫੋਂ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਇਸ ਸਿਖਲਾਈ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ 10 ਦਿਨਾਂ ਬਾਅਦ ਸਿਖਲਾਈ ਰਿਪੋਰਟਾਂ ਜਮ੍ਹਾਂ ਕਰਾਉਣ ਵਾਸਤੇ ਕਿਹਾ ਗਿਆ ਤੇ ਡਾਕਟਰਾਂ ਨੂੰ ਉਹਨਾਂ ਜ਼ਿਲ੍ਹਿਆਂ ਵਿੱਚ ਸਿਖਲਾਈ ਦੇਣ ਦੇ ਆਦੇਸ਼ ਦਿੱਤੇ ਗਏ ਨੇ ਜਿੱਥੇ ਉਹ ਤੈਨਾਤ ਕੀਤੇ ਗਏ ਨੇ ਤੇ ਉੱਥੇ ਸਿਵਲ ਸਰਜਨਾਂ ਨੂੰ ਵੀ ਇਹ ਯਕੀਨੀ ਬਣਾਉਣ ਵਾਸਤੇ ਕਿਹਾ ਗਿਆ ਕਿ ਵੱਡੇ ਸਮੂਹ ਦੀ ਬਜਾਏ 4 ਤੋਂ 5 ਡਾਕਟਰਾਂ ਦਾ ਸਮੂਹ ਬਣਾ ਕੇ ਡਾਕਟਰਾਂ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਬਣਾਇਆ ਜਾਵੇ। ਸਿਹਤ ਵਿਭਾਗ ਨੇ ਜਿਨ੍ਹਾਂ ਡਾਕਟਰਾਂ ਨੂੰ ਸਿਖਲਾਈ ਦੇਣ ਦਾ ਫੈਸਲਾ ਕੀਤਾ ਉਹਨਾਂ ਵਿੱਚ ਪੇਂਡੂ ਵਿਭਾਗ ਦੇ 750 ਰੂਰਲ ਮੈਡੀਕਲ ਆਫਿਸਰ ਤੇ ਆਯੂਸ਼ ਵਿਭਾਗ ਦੇ 450 ਡਾਕਟਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਲੋਕਡਾਊਨ ਕਰਕੇ ਸਕੂਲ ਕਦੋਂ ਖੁੱਲਣਗੇ, ਇਸ ਨੂੰ ਲੈ ਕੇ ਹਰ ਕੋਈ ਕਿਆਸ ਲਗਾ ਰਿਹਾ ਹੈ ਪਰ ਸਰਕਾਰ ਅਜੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕਰਨਾ ਚਾਹੁੰਦੀ। ਪਰ ਸਰਕਾਰ ਨੇ ਇਸ ਬਾਰੇ ਕੁਝ ਸਪਸ਼ਟ ਵੀ ਨਹੀਂ ਕੀਤਾ ਤੇ ਅਜਿਹੇ ਵਿੱਚ ਇੱਕ ਬੱਚੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਸਕੂਲ ਪੂਰਾ ਸਾਲ ਬੰਦ ਰਹਿਣ ਦਿਓ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਸ਼ਨੀਵਾਰ ਲਾਈਵ ਹੋ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਇੱਕ ਕਾਰਜਕ੍ਰਮ ਸ਼ੁਰੂ ਕੀਤਾ ਹੋਇਆ ਹੈ ਤੇ ਇਸ ਵਿੱਚ ਸੀਐਮ ਨੇ ਇੱਕ ਜੋ ਸਵਾਲ ਉਹਨਾਂ ਕੋਲ ਪਹੁੰਚਿਆ ਸੀ ਉਸਦਾ ਜਵਾਬ ਦਿੰਦੇ ਹੋਏ ਕਿਹਾ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਹਾਸਾ ਵੀ ਨਹੀਂ ਰੁਕ ਸਕਿਆ। ਦਰਅਸਲ ਸਕੂਲ ਵਿੱਚ ਪੜ੍ਹਦੀ ਬੱਚੀ ਸ਼ਾਲੂ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸਵਾਲ ਕੀਤਾ ਕਿ 1 ਸਾਲ ਵਾਸਤੇ ਸਕੂਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਤੇ ਇਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੱਸਦੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਮੈਂ ਵੀ ਸੋਚਦਾ ਸੀ ਕਿ ਸਕੂਲ ਬੰਦ ਹੋਣੇ ਚਾਹੀਦੇ ਨੇ ਪਰ ਅੱਜ ਸਾਡੇ ਕੋਲ ਜੋ ਹੈ ਉਹ ਸਿੱਖਿਆ ਕਰਕੇ ਹੈ। ਇਸ ਕਰਕੇ ਸ਼ਾਲੂ ਪੁੱਤਰ ਚੰਗੀ ਤਰ੍ਹਾਂ ਪੜ੍ਹੋ ਤੇ ਸਕੂਲ 1 ਸਾਲ ਲਈ ਬੰਦ ਨਹੀਂ ਕੀਤੇ ਜਾ ਸਕਦੇ। ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਬੱਚਿਆਂ ਦੇ ਸਕੂਲ ਬੰਦ ਕੀਤੇ ਹੋਏ ਨੇ ਕੋਵਿਡ ਦੇ ਖਤਰੇ ਦੇ ਮੱਦੇਨਜ਼ਰ। ਕਿਸੇ ਬੱਚੇ ਨੂੰ ਵੀ ਸਕੂਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੇ ਬੱਚੇ ਆਪਣੇ ਘਰ ਤੋਂ ਬਹਿ ਕੇ ਹੀ ਪੜ੍ਹਾਈ ਕਰ ਰਹੇ ਨੇ। ਖੇਤੀ ਸੰਬੰਧੀ 3 ਆਰਡੀਨੈਂਸ ਲਿਆਉਣ ਮਗਰੋਂ ਬੀਜੇਪੀ ਹੁਣ ਪੰਜਾਬ ਦੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇ ਸੂਬੇ 'ਚ ਆਪਣੀ ਸਾਖ ਵਜਾਉਣ ਦੀ ਤਿਆਰੀ ਵਿੱਚ ਜੁਟੇ ਹੋਏ ਨੇ। ਇਸ ਪਿੱਛੇ ਬੀਜੇਪੀ ਦੀ ਰਣਨੀਤੀ 2022 ਪੰਜਾਬ ਦਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਕਿਸਾਨਾਂ ਨੂੰ ਭਰਮਾਉਣ ਦੀ ਇੱਕ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਕਿਸਾਨ ਲਿਆਨ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਬੀਜੇਪੀ ਕਾਰਕੁਨ ਸੂਬਿਆਂ ਦੇ ਵਿੱਚ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿਵਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਕਾਰਜਕਾਲ ਦਾ ਜੋ ਪਹਿਲਾ ਸਾਲ ਮੁਕੰਮਲ ਹੋਣ ਤੇ ਚੰਡੀਗੜ੍ਹ 'ਚ ਹੋਈ ਵਰਚੁਅਲ ਰੈਲੀ, ਤੋਮਰ ਨੇ ਕਿਹਾ ਕਿ ਬੀਜੇਪੀ ਕਿਸਾਨ ਕ੍ਰੈਡਿਟ ਯੋਜਨਾ 'ਚ ਅਜੇ 3 ਤੋਂ 4 ਕਰੋੜ ਕਿਸਾਨਾਂ ਨੂੰ ਜਿਹੜਾ ਕਿ ਸ਼ਾਮਿਲ ਕੀਤਾ ਜਾਣਾ। ਇਸ ਸੰਬੰਧ ਵਿੱਚ ਕਿਸਾਨਾਂ ਦੀਆਂ ਅਰਜ਼ੀਆਂ ਦਸੰਬਰ ਤੱਕ ਲਈਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਕਿਸਾਨ ਕ੍ਰੈਡਿਟ ਕਾਰਡ ਦੇ ਨਾਲ ਕਿਸਾਨਾਂ ਨੂੰ 4% ਦੀ ਦਰ ਤੇ ਵੱਡੇ ਤੇ ਛੋਟੀ ਗਿਣਤੀ ਦੇ ਕਿਸਾਨਾਂ ਨੂੰ ਕਰਜ਼ ਮੁਕਤ ਕੀਤਾ ਜਾ ਸਕਦਾ ਹੈ ਤੇ ਉੱਤੇ ਪੀਐਮ ਕਿਸਾਨ ਯੋਜਨਾ ਦੇ ਤਹਿਤ ਸੂਬੇ ਵਿੱਚ ਕਰੀਬ 23 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਜੋ 2000 ਕਰੋੜ ਰੁਪਇਆ ਦਿੱਤਾ ਜਾਵੇਗਾ ਤੇ ਖੇਤੀ ਸੁਧਾਰ ਦੇ ਵਿੱਚ ਲਿਆਂਦੇ ਗਏ 3 ਆਰਡੀਨੈਂਸਾਂ ਰਾਹੀਂ ਆਲੋਚਨਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ 3 ਆਰਡੀਨੈਂਸ ਕਿਸਾਨਾਂ ਦੀ ਦੁੱਗਣੀ
जो करने वास्ते जो उन्हां दी आमदन है वह दुगनी करने वास्ते ये कदम चुके गए ने। खेती सैक्टर दे विच आर्डिनेंसां ते श्रोमणी अकाली दल की हर रणनीति फेल साबित हो रही है। श्रोमणी अकाली दल के प्रधान सुखबीर सिंह बादल ने इस मुद्दे ते कैप्टन अमरिंदर सिंह सरकार नूं घेरन की चाल चली है, पर वह भी सफल नहीं हुई है। हुण अकाली दल कसूता फस गया है, वह आर्डिनेंस विरोध करता तो भाईवाल बीजेपी बिगड़ती है, पर जेकर इस मामले ते वह खामोश रहिंदा तां पंजाब दे किसानां दा गुस्सा उन्हां दे सामने आके निकलदा है। ते अकाली दल दी इस वक्त हालत वह बनी हुई है जिवें सप्प दे मूंह च कूड किरली। सूत्रां मुताबक अकाली दल दे अंदर इहदे नाल इस गल नूं लैके वड्डे चर्चा दा जो विशा बनिया होया, सुखबीर सिंह बादल नूं खेतीबाड़ी आर्डिनेंसां दे खिलाफ स्टैंड लैणा चाहीदा। इह मुद्दा किसानां दे नाल नाल पंजाब दे संघी हक्कां नाल जुड़िया होया है। अकाली दल ने हमेशा इन्हां मुद्दियां ते ही सियासत कीती है, पर इस बार बीजेपी की भाईवाल करके ये पासा वट रही है। उधर कैप्टन अमरिंदर सिंह ने आर्डिनेंसां दे मुद्दे दे उपर श्रोमणी अकाली दल नूं अपील कीती है कि वह अपनियां राशी मजबूरियां नूं एक पासे रख के सूबे दे किसानां दे वडेरे हितां वास्ते अपनी अंतर आत्मा की आवाज सुन। मुख्यमंत्री ने कहा कि अकाली दल इन्हां आर्डिनेंसां दे गंभीर प्रभावां नूं नहीं समझ रहा, सूबे दे हितां नालों अपने राशी हितां नूं पहल दे रहा है। कोरोना महामारी के प्रकोप करके लंबे लॉकडाउन तो बाद जिंदगी हौली हौली पटड़ी से आने लग पई है। इस दौरान कोरोना पॉजिटिव केसों के वाधे मामलों में एक बार फिर लॉकडाउन की कौड़ी याद को ताज़ा करवाया जा रहा है। इस कारण देश के अंदर सूबे के दूजे राज्यों के लोगों की आमद से भी सवाल उठने शुरू हो चुके हैं, पर ये नाल जो गुआंढी मुल्क पाकिस्तान जे तेजी नाल करतारपुर लांघा खोलण दा अचानक ऐलान कर दिता, उत्थे एक बार फिर सब नूं इह गल करके हैरानी दे विच पा दिता गया। ये ऐलान इस तरह के समय के उपर होया जदों दोवें देशों के अंदर कोरोना के मामले दिनों दिन वधदे जा रहे ने। उधर सरहदां ते भी माहौल कोई वधिया नहीं नजर आ रहा, इस करके अचानक हुई पेशकश ने एक बार फिर भारतीय अधिकारियों नूं चक्करां दे विच पा दिता, जिस तों बाद गंभीर जो एक मुद्दा बन के खड़ा हो चुके हैं। सरकार के मुताबिक इस संबंध में फैसला सेहत अथॉरिटी के होर संबंधित धिरां की सलाह मशवरे तो बाद ही लिया जाएगा। तो तुहानूं दस दईए कि यह यात्रा कोरोना वायरस करके इस दे फैलाव नूं रोकण वास्ते बंद कर दिती गई सी, ते हुण इस लांघे नूं खोलण दी एक बार फिर चर्चा उठण लग पई है। लॉकडाउन करके जिथे पूरा देश कोरोना वायरस नूं हराने वास्ते लग्या है, उत्थे आम लोग ते गरीब लोगों का जो दर्द निकल के सामने आ रहा, प्रशासन ते सरकारां दे द्वारा उन्हां दे दुख नूं वंडिया भी जा रहा, पर कुछ इदां दे परिवार ने जिहड़े हजे भी इन्हां मुश्किलातां दा सामना कर रहे ने। गल कर रहे गुरदासपुर के बटाला दे, इत्थे एक कलाकार ने जो जगराते करके अपने घर का गुजारा करदा सी, ते लॉकडाउन करके जगराते विआह दे प्रोग्राम ते दूजे सभ्याचारिक प्रोग्राम बंद होण करके उहदे उहनूं घर चलाउणा बड़ा मुश्किल हो गया, ते अजकल उह सब्जी दी रेहड़ी ला के अपने घर का गुजारा कर रहा। गुरदासपुर तो साडे पत्रकार जतेंद्र कुंदल ने जिथे बोध राज कलाकार दे नाल गलबात की है, उत्थे संदीप जो डांस प्लेयर ने उहनां दे नाल भी गलबात की है, ते आओ जाणदे इहनां दी असली प्रॉब्लम है की। मैं एक कलाकार हां, जगराते करदा हां, जिहदे विच मैं जगराते करन दे बावजूद भी जी टी वी दे एडिशन दित्ती सी, उत्थे कुछ कारणां करके असीं नहीं सिलेक्ट हो सके। दूजी गल आ भी गरीब घर दे विच रहिंदे हां, ते काम कुम अजकल बंद पए ने, ते कार्ड साडा कटिया गया, कार्ड कटन दे बावजूद भी असीं दफ्तरां विच भी काफ़ी फेरे मारे, साडे वड्डे भाजी ने फेरे मारे जिन्हां दी डैथ हो गई है, मैं भी बड़े फेरे मारे ने, फेरे मारन तो बावजूद भी सिखड़ी साहब दी कोठी गया वा, कार्ड ठीक करन सिखड़ी दे बंदियां ने कहा भी सिखड़ी दा काम नहीं होगा, बाहर आके वेख्या मेरा कोई सैकल चुक के लै गया। मन तो दुखी बंदे का होंदा ही है, पर लेको कांग्रेस का फर्ज बनता भी जो सानू सारी उम्र ने दादे परदादे वोटा पाते हैं तो इन्हों का ध्यान भी देना। जे खबरों में दस देने भी कार्ड ठीक हो जाएंगे तो कणक इन्होंने दी जाएगी, केंद्र सरकार वालों कहा भी 15-15 किलो कणक सारे दी जाएगी जिन्हें कार्ड नहीं उन्होंने भी। अज तक मैंने कोई डिपो वाला दस दे आ गए जो कोई मंत्री दस दे भी आगे सानू कोई कणक मिली हो किसी 15 किलो या कणक दी हो किसी ने जानकारी हुई है, ना कोई कणक मिली तो ना साडा कार्ड ठीक होया। बेनती यो करा कि कार्ड साडा ठीक किया जाए, तो यह भी झूठे लारे लाने नालों फायदा कोई नहीं, झूठे लारे ला का कैप्टन साहब अगर बेनती करा अभी कि कैप्टन साहब जे तुहानू इन्ना पता वा भी कार्ड कटाने ने गरीबां लोगों के, तो लॉकडाउन लाने का फायदा की है जे तुसीं कार्ड ठीक ही नहीं करने,
जे लॉकडाउन लाने तो कम से कम कार्ड तो ठीक कर दो, जे कार्ड ठीक नहीं करने के जरा झूठा वादा किया जो 15-15 किलो कणक देंगे वह कहने देनी ही, ये इन्हों का फर्ज बनता ही देना। तो झूठ जरा बोलना, झूठ बोलना अगली बार बंदा सीट पर नहीं बह सकता, गद्दी पर नहीं बह सकता। तड़े नाल तो बादल साहब चंगे जिन्होंने अं कभी वोट नहीं पाई, 10 साल उन्होंने राज किया, 10 साल के उन्हें किसी का पक्षपात नहीं किया, हर एक कणक दी हर एक का कार्ड बनया। कैप्टन साहब तुम पता नहीं कि फड़िया था जो तुम आते हो, किसी पेंशन बंद कर छड़े, किसी का कार्ड कट छड़ा। बेनती यो करा भी साडा कार्ड ठीक किया जाए, जेडे मेरे वर्गे होर भी ने उन्होंने भी कार्ड कट्टे ने, उन्होंने भी कार्ड ठीक करते। नमस्कार जी, मेहरबानी। मैं भंगड़े बाबा साहब के ग्यारह भंगड़ा करता रहा वहाँ, तो अपने पढ़ाई भी मैं पढ़ना, तो स्कूल बंद किए रहे लॉकडाउन करके, तो मैं बेनती है कि स्कूल खोले जा, इस करके मेरी पढ़ाई पिछे पै रही है। मैं चाहना कि मैं पढ़ लिख के तो नौकरी लगा कि अपने घर का किसी बनावा कुछ, तो बेनती करके स्कूल खोले जाने इस करके, तो लॉकडाउन करके स्कूल नहीं जा पाया, साड़ी पढ़ाई खराब हो रही है। तो मैं भंगड़े भी जाना, भंगड़ा प्लेयर हाँ, भंगड़े का उड़ीसा उड़ीसा तक मैं गया हाँ, स्टेट लैवल से गया जी। तो कोई सरकार वालों मदद मिली नहीं जी? मदद तो कोई नहीं मिली सरकार वालों, सरकार वालों कोई मदद नहीं। कोई वजीफा लगा? वजीफा हूं जी लगा जी, वो भी टेस्ट पास किया कोई 8वीं दा उच्चे होया सी। कितना पैसे मिलते हैं? महीने का 1000 रुपया हाले कोई मिलिया नहीं, हाले 9वीं च होना है रिजल्ट पास आउट टेस्ट, कहंदे मिले करेगा हुण महीने का। पेपर दिते सी 8वीं च भी, तो ओहदे करके आवाजां कढ के सुनावांगा, अजीत दी आवाज सुनावांगा। सारा शहर हमें लो इनके नाम से जानता है, इसमें कोई शक नहीं, जैसे कि एक जंगल में शेर। इस शहर में एक नया इंस्पेक्टर आया है जो जरूरत से ज़्यादा ही, यही अजीत। और एक आवाज़ कटांगा राजकुमार दी, जानी जिनके घर शीशे के होते हैं वो दूसरों के घर में पत्थर नहीं फेंका करते, जानी कामयाब वही होते हैं जिनके हौसले बुलंद होते हैं। ये सी दो तीन आवाजा, तो एक आवाज और कटांगा मोहम्मद जी दी, अज कलिया दी कुछ और रहता नहीं, एक बस आपकी याद आने के बाद, याद आने से पहले चले आइए और फिर जाइए जान जाने के बाद, आज कलियाद कुछ और रहता नहीं, एक बस आपकी याद आने के बाद। पंजाबी गुणांत में ये सी आदियां वड्डियां खबरां और खबरां देखनियां सुनियां पढ़नियां, तां बने रहो आज न्यूज़ वाला दे नाल।